ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਗੜ੍ਹ ਦੇ ਪਿੰਡਾਂ ਦੀਆਂ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਹਨ। ਉੱਥੇ ਜਿੱਥੇ ਹੀ ਪਹਿਲੇ ਮੀਂਹ ਨੇ ਇਸ ਵਿਕਾਸ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ। ਕੀ ਨਾਮ ਭਾਈ? ਨਰਵੈਰ ਸਿੰਘ। ਕਿਹੜਾ ਪਿੰਡ ਹੈ ਜੀ? ਡਾਲਾ। ਕੀ ਮੁਸ਼ਕਲ ਆ? ਮੁਸ਼ਕਲ ਜੀ, ਸਾਡੇ ਪੋਰੇ ਬੜੇ ਟੁੱਟੇ ਪਏ ਆ ਅਤੇ ਪਾਣੀ ਗਲੀਆਂ 'ਚ ਘਰਾਂ 'ਚ ਖਲੋਤਾ ਪਿਆ ਆ। ਅੱਛਾ ਜੀ। ਕੋਈ ਪੁੱਛਦਾ ਕਿਸੇ ਦਾ ਹੀ ਨੀਗਾ, ਕਹਿੰਦੇ ਅਸੀਂ ਉਹ ਕਰਤਾ ਆ ਕਰਤਾ ਆ। ਪਿੰਡ ਡੱਲ ਜਿਹੜਾ ਤਰਨ ਤਾਰਨ ਹਲਕਾ ਖਿਮ ਕਰਨ। ਅਤੇ ਕੋਈ ਤੁਸੀਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਮਿਲੇ ਜੀ? ਬੜੀ ਨਾ ਦੇ ਕੋਈ ਲੇਖਾ ਨਹੀਂ ਕੀਤਾ, ਛੱਡਿਆ ਬਾਜ਼ਾਰ ਚਲੇ ਗਏ ਨੇ ਘਰ ਤੋਂ ਘਰ 'ਚ। ਕੀ ਕਿਹਾ ਉਹਨਾਂ? ਕਰ ਦਿੰਦੇ ਨਾ ਕਾ ਕਰਦੇ ਆ ਅਤੇ ਵੇਖ ਚਲੇ ਜਾਂਦੇ ਆ। ਕਿੰਨੇ ਪੋਰੇ ਟੁੱਟੇ ਆ? ਤਿੰਨ ਪੋਰੇ ਆ ਟੁੱਟੇ ਆ ਮੇਨ ਜਿਹੜੇ ਆ। ਠੀਕ ਆ। ਅਤੇ ਜਿਹੜੇ ਪਿਛਲੇ ਪੋਰੇ ਉਹ ਵੀ ਨਿੱਕੇ ਆ, ਉਹ ਪਾਣੀ ਨਹੀਂ ਖਿੱਚਦੇ, ਘਰਾਂ 'ਚ ਪਾਣੀ ਵੰਡਿਆ ਆ। ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਸਾਡਾ ਇਹ ਵੀ ਗਲੀ ਵੱਜੇ, ਪੋਰੇ ਪੈ ਜਾਣ, ਸਾਡਾ ਕੋਈ ਹੋ ਜਾਵੇ ਕੰਮ। ਉੱਥੇ ਹੀ ਜੇ ਇਹ ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ ਤਾਂ ਇਹਨਾਂ ਘਰਾਂ ਦਾ ਅਤੇ ਗਲੀਆਂ ਦਾ ਕੀ ਬਣੇਗਾ, ਕਿਉਂਕਿ ਲੋਕਾਂ ਦਾ ਗਲੀਆਂ ਵਿੱਚੋਂ ਲੰਘਣਾ ਪਹਿਲਾਂ ਹੀ ਮੁਸ਼ਕਲ ਹੋ ਚੁੱਕਾ ਹੈ। ਬਾਕੀ ਤੁਸੀਂ ਖੁਦ ਦੇਖੋ ਅਤੇ ਸੁਣੋ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ। ਹਾਂਜੀ, ਕੀ ਨਾਂ ਵੀਰ ਜੀ? ਦਾਰਾ ਸਿੰਘ ਜੀ। ਕੀ ਮੁਸ਼ਕਲ ਆ? ਮੁਸ਼ਕਲ ਇਹ ਆ ਵੀ ਸਾਡੇ ਜ਼ਿਲ੍ਹਾ ਤਰਨ ਤਾਰਨ ਅਤੇ ਪਿੰਡ ਡੱਲ ਅਤੇ ਹਲਕਾ ਖੇਮ ਕਰਨਾ, ਮੁਸ਼ਕਲ ਸਾਡੀ ਇਹ ਆ ਵੀ ਸਾਡੇ ਜਿਹੜੀ ਗਲੀ ਉਹਦੇ ਵਿੱਚ ਪਾਣੀ ਬੜੇ ਚਿਰ ਤੋਂ ਖਲੋਂਦਾ ਹੁੰਦਿਆ, ਬੜੇ ਅੱਧੇ ਪਿੰਡ ਦਾ ਪਾਣੀ ਜਿਹੜਾ ਇੰਦੀ ਆਉਂਦਾ ਅਤੇ ਪੂਰੇ ਜਿਹੜੇ ਛੋਟੇ ਲੱਗੇ ਆ। ਅਤੇ ਅਸੀਂ ਇਹੋ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਡੇ ਜਿਹੜੇ ਪੂਰੇ ਘਰਾਂ ਦੇ ਅੱਗੇ ਜਿਹੜੇ ਇੱਕ ਤਾਂ ਵੱਡੇ ਪਾਏ ਜਾਣ, ਜਿਹੜੀ ਮੇਨ ਫਿਰਨੀ ਆ ਸਾਡੇ ਪਿੰਡ ਦੇ ਘਰੇ ਘਰੇ ਪੱਕੀ ਸੜਕ, ਉਹਦੇ ਵਿੱਚ ਤਿੰਨ ਪੋਰੇ ਉਹ ਬਿਲਕੁਲ ਬੰਦ ਹੋਏ ਟੁੱਟੇ ਆ। ਅਸੀਂ ਬੜੀ ਵਾਰ MLA ਸਾਹਿਬ ਕੋਲ ਗਏ ਹਾਂ ਅਤੇ ਉਹਨਾਂ ਨੇ ਆਪਣੇ PA ਨੂੰ ਆਖ ਦਿੰਦੇ ਹਰਜਿੰਦਰ ਨੂੰ, ਉਹ ਆਇਆ ਮੌਕਾ ਵੇਖ ਕੇ ਗਿਆ, ਰਾਮ ਤਸਵੀਰ ਜਿਹੜਾ BDO ਵੀ ਆਇਆ ਨਾਲ, ਇਹਨਾਂ ਸਾਰਿਆਂ ਨੇ ਚੈੱਕ ਕੀਤੇ ਆ, ਪਰ 2-2.5 ਸਾਲ ਹੋ ਗਿਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਅਤੇ ਸਾਡੀ ਇਹੋ ਮੰਗ ਆ ਵੀ ਇਹ ਜਿਹੜੇ ਪੋਰੇ ਆ ਇਹ ਪੁੱਟ ਕੇ ਸੜਕ ਦੇ ਵਿੱਚ ਜਿਹੜੇ ਟੁੱਟੇ ਆ ਅਤੇ ਨਵੇਂ ਪਾਏ ਜਾਣ ਅਤੇ ਪਾਣੀ ਦਾ ਨਿਕਾਸ ਹੋ ਜਾਵੇ। ਜਦੋਂ ਇਸ ਸੰਬੰਧੀ BDPO ਭਿੱਖੀਵਿੰਡ ਰਾਮ ਤਸਵੀਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦ ਹੀ ਇਸ ਦਾ ਮਸਲੇ ਹੱਲ ਕਰਵਾ ਦਿੱਤੇ ਜਾਣਗੇ ਅਤੇ ਇਹ ਤਿੰਨ ਪੋਰੇ ਪਵਾ ਕੇ ਪਾਣੀ ਦਾ ਨਿਕਾਸ ਕਰ ਦਿੱਤਾ ਜਾਵੇਗਾ। ਐਵੇਂ ਨਿਕਲ ਜਾਂਦੇ ਕੋਈ।